ऐसा नाम निरंजन हो, ऐसा नाम निरंजन हो, ऐसा नाम निरंजन हो। जे को मन जाने मन कोए, जे को मन जाने मन कोए। जागरत ना जैसे रची, जागरत ना जैसे रची, जाने वो मीत, जाने वो मीत, जाने वो मीत। वाहेगुरु जी की फतेह। आपने को इस दुनिया तुम्हें
प्रतिभा जो मैं क्रिएटिव जो सरदार मुखिया सिंह जी को श्रद्धांजलि देना दूंगी आओ सरदार सुखविंदर सिंह जी प्रतिभा जो मैं ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸਰਦਾਰ ਮੁਖਤਿਆਰ ਸਿੰਘ ਜੀ ਗੁਰੂ ਸਾਹਿਬ ਦੀ ਅੰਤਮ ਰਾਤ ਵਿੱਚ ਸ਼ਾਮਲ ਹੋਏ ਸਾਧ ਸਿੰਘ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਿਹੜੀ ਲਿਖਿਆ ਤੇਰਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਜੀ ਉੱਠੀ ਜਾਏ ਦੇ ਮਾਂ ਮਾਤਾ ਅਨੁਸਾਰ ਜੋ ਸਰਦਾਰ ਮੁਖਤਿਆਰ ਸਿੰਘ ਜੀ ਸਾਨੂੰ ਪਿਛਲੇ ਦਿਨ ਸੰਜੀਵਨ ਵਿਛੋੜਾ ਦੇ ਗਏ ਸਨ ਅੱਜ ਆਪਾਂ ਉਹਨਾਂ ਦੇ ਅੰਤਮ ਰਾਤ ਵਿੱਚ ਸ਼ਾਮਲ ਹੋਏ ਹਾਂ ਮੇਰੇ ਤੋਂ ਪਹਿਲਾਂ ਰਾਗੀ ਸਿੰਘ ਬੜੇ ਹੀ ਵਿਸਤਾਰ ਸਾਹਿਬ ਸਾਡੇ ਜੀਵਨ ਬਾਰੇ ਗੁਰਬਾਣੀ ਦੇ ਰਾਹੀਂ ਸਾਨੂੰ ਦੱਸ ਰਹੇ ਸੀਗੇ ਇੱਥੇ ਸਾਡਾ ਜਿਹੜਾ ਆਉਣਾ ਉਹ ਕਿਵੇਂ ਸਫਲ ਹੁੰਦਾ ਔਰ ਜੋ ਸਰਦਾਰ ਮੁਖਤਿਆਰ ਸਿੰਘ ਜੀ ਕਰੀਬ 90 ਸਾਲ ਦੀ ਉਮਰ ਪੂਰੀ ਕਰਕੇ ਸਾਨੂੰ ਸਲੀਮ ਗੁਰਦੁਆਰਾ ਦੇ ਵੀ ਕਰੇ ਗਏ ਪਰ ਮੈਂ ਦੇਖਿਆ ਕਿ ਜਦੋਂ ਵੀ ਅਕਸਰ ਮੈਂ ਸਰਦਾਰ ਗੁਲਾਬ ਸਿੰਘ ਦੇ ਨਾਲ ਇਸ ਗ੍ਰਹਿ ਵਿੱਚ ਪਹੁੰਚਦਾ ਸੀਗਾ ਉਹਨਾਂ ਹਮੇਸ਼ਾ ਹੀ ਦ੍ਰਿੜ ਲਾਤੇ ਨਾਲ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਗੱਲਾਂ ਕੀਤੀਆਂ ਕਿਉਂਕਿ ਉਹਨਾਂ ਨੇ ਜਿੱਥੇ ਆਪਣੇ ਪਰਿਵਾਰ ਨੂੰ ਬੜੇ ਵਧੀਆ ਸਰਦਾਰ ਮੁਖਤਿਆਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਗੁਰ ਬੈਠੇ ਗੁਰੂ ਪਿਆਰੇ ਸਤਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭਨਾ ਸਹੁਰੇ ਵਾਂਝਣਾ ਸਹਿਮਤ ਰਾਵਣਾ ਇਸ ਨਾਲ ਕੀਤੇ ਦੋਸਤੀ ਸਭ ਦਰ ਚੱਲਣਾ ਜੋ ਜੀ ਆਇਆ ਸੋ ਚੱਲ ਸੀ ਸਭ ਤੋਂ ਆਇਆ ਵਾਰੀ ਹੈ ਗੁਰੂ ਸਾਹਿਬਾਨ ਦੀ ਗੁਰਬਾਣੀ ਦੇ ਸ਼ਬਦ ਦੇ ਮੁਤਾਬਕ ਜੋ ਵੀ ਆਤਮਾ ਸੰਸਾਰ ਵਿੱਚ ਆਈ ਹੈ ਉਸ ਨੇ ਆਪਣੇ ਦਿੱਤੇ ਹੋਏ ਸਮੇਂ ਦੇ ਮੁਤਾਬਕ ਚਲੇ ਜਾਣਾ ਹੈ ਇਸੇ ਤਰ੍ਹਾਂ ਹੀ ਸਾਡੇ ਸਤਿਕਾਰਯੋਗ ਸਰਦਾਰ ਮੁਖਤਿਆਰ ਸਿੰਘ ਜੀ ਜੋ ਆਪਣੀ ਲੰਬੀ ਉਮਰ ਤੋੜ ਕੇ ਸਾਨੂੰ ਸਭ ਨੂੰ ਸੰਦੇਵੀ ਵਿਛੋੜਾ ਦੇ ਗਏ ਹਨ ਕਰੋਨਾ ਦੇ ਚਲੇ ਜਾਣ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ ਕਿਉਂਕਿ ਜਿਹਨਾਂ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਪਾਲਣ ਪੋਸ਼ਣ ਕਰਕੇ ਸਾਨੂੰ ਇੱਕ ਜ਼ਿੰਦਗੀ ਦਾ ਰਸਤਾ ਦਿਖਾ ਕੇ ਐਸਾ ਨਾਮ ਐਸਾ ਨਾਮ ਐਸਾ ਨਾਮ ਨਿਰੰ ਨਾਮ ਨਿਰੰਜਨ ਹੋ ਜੇ ਕੋ ਮਨ ਜਾਣੈ ਮਨ
ਦੋਲ ਦਾ ਛੱਡਿਆ
Thank you.
Thank you.
Thank you.
Sambat Sagar
ਸੰਸਾਰ ਤੋਂ ਜਾਣਾ ਪੈਂਦਾ ਹੈ, ਇਸ ਵਾਸਤੇ ਜਦੋਂ ਆਪਾਂ ਜਾਣਦੇ ਹਾਂ ਤੇ ਸੌਖਾ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਾਰੇ ਕਹਿੰਦੇ ਉਹ ਸੱਦਣ ਹਾਰੇ ਨੂੰ ਸਿਮਰੋ, ਉਹ ਸੱਦਣ ਹਾਰੇ ਨੂੰ ਸਦਾ ਯਾਦ ਕਰੋ। ਸਤਿਗੁਰੂ ਮਾਰੇ ਕਹਿੰਦੇ ਸਾਰੇ ਮੇਰਾ ਸਤਿ ਸ਼੍ਰੀ ਅਕਾਲ।
Sorry, I'm not okay.
ਉਹ
ਜਿੰਨੇ ਵਿਸ਼ਵਾਸਾਂ ਦੀ ਪੂੰਜੀ ਲੈ ਕੇ ਭੇਜਦਾ ਉਹ ਪੂਰੀ ਕਰਕੇ ਆਪਦੇ ਕੋਲ ਵਾਪਸ ਲਾ ਲੈਂਦਾ। ਇਸ ਪਰਿਵਾਰ ਦੇ ਨਾਲ ਸਰਦਾਰ ਪਰਜਿੰਦਰ ਸਿੰਘ ਜੀ ਬਰਾੜ, ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ, ਉਹ ਵੀ ਸਰਦਾਰ ਗੁਰਦਾਸ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਆ, ਉਹਨਾਂ ਨੂੰ ਅਜਿਹੇ ਹੋਣ ਕਰਕੇ ਇੱਥੇ ਆਪਣੀ ਹਾਜ਼ਰੀ ਲਾ ਕੇ ਗਏ ਆ। ਔਰ ਮੈਂ ਧੰਨਵਾਦੀ ਹਾਂ ਸਾਰੀ ਸੰਗਤ ਦਾ ਕਿ ਜਿਹਨਾਂ ਨੇ, ਮੈਂ ਦੇਖ ਰਿਹਾ ਕਿ ਹੋਰ ਪਿੰਡਾਂ ਦੇ ਪੰਚ ਸਰਪੰਚ ਸਰਦਾਰ ਗੁਰਦਾਸ ਸਿੰਘ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਪਹੁੰਚੇ ਆ, ਔਰ ਮੇਰੇ ਨਾਲ ਸਰਦਾਰ ਜਗਮੀਤ ਸਿੰਘ ਜੀ ਗੱਲਾਂ ਸਰਪੰਚ ਵੀ ਅਜਿਹੇ ਤੌਰ ਤੇ ਪਹੁੰਚੇ ਆ। ਸਰਬਤ ਸਾਹਿਬ ਲਿਖਿਆ ਮਿਲਕਰ ਪਾਵੋ ਤੇਰ ਦਿਓ ਸਜਣਾ ਸਿਸਰੀਆਂ ਜੋ ਹੋਵੇ ਸਾਹਿਬ ਸੋ ਹੋਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮੁਖਤਿਆਰ ਸਿੰਘ ਜੀ ਦੀ ਆਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਜੋ ਬੈਠੇ ਗੁਰੂ ਪਿਆਰੇ ਸਤਸੰਗ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭਨਾ ਸਹੁਰੇ ਵੰਦਨਾ ਸਭ ਮਤਰਾਵਣਾ ਇਸ ਨਾਲ ਕੀਤੇ ਦੋਸਤੀ ਸਭ ਜਗ ਚੱਲਣਾ ਜੋ ਜੀ ਆਇਆ ਸੋ ਚੱਲ ਸੀ ਸਭ ਤੋਂ ਆਇਆ ਵਾਰੀ ਹੈ। ਗੁਰੂ ਸਾਹਿਬਾਨ ਦੀ ਗੁਰਬਾਣੀ ਦੇ ਸ਼ਬਦ ਦੇ ਮੁਤਾਬਕ ਜੋ ਵੀ ਆਤਮਾ ਸੰਸਾਰ ਵਿੱਚ ਆਈ ਹੈ ਉਸਨੇ ਆਪਣੇ ਦਿੱਤੇ ਹੋਏ ਸਮੇਂ ਦੇ ਮੁਤਾਬਕ ਚਲੇ ਜਾਣਾ ਹੈ। ਇਸੇ ਤਰ੍ਹਾਂ ਹੀ ਸਾਡੇ ਸਤਿਕਾਰਯੋਗ ਸਰਦਾਰ ਬਖਤਿਆਰ ਸਿੰਘ ਜੀ ਜੋ ਆਪਣੀ ਲੰਬੀ ਉਮਰ ਤੋੜ ਕੇ ਸਾਨੂੰ ਸਭ ਨੂੰ ਸੰਦੇਵੀ ਵਿਛੋੜਾ ਦੇ ਗਏ ਹਨ, ਕਰੋਨਾ ਦੇ ਚਲੇ ਜਾਣ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ, ਕਿਉਂਕਿ ਜਿਹਨਾਂ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਪਾਲਣ ਪੋਸ਼ਣ ਕਰਕੇ ਸਾਨੂੰ ਇੱਕ ਜ਼ਿੰਦਗੀ ਦਾ ਰਸਤਾ ਦਿਖਾ ਕੇ ਆਪਣੀ ਮਿਹਨਤ ਦੇ ਨਾਲ ਸਾਨੂੰ ਉੱਚੀਆਂ ਬੁਲੰਦੀਆਂ ਤੇ ਪਹੁੰਚਾਇਆ, ਔਰ ਆਪਣੇ ਹੱਥ ਭੰਨਵੀ ਮਿਹਨਤ ਕਰਕੇ ਔਰ ਕਿਸਾਨੀ ਦੇ ਵਿੱਚ ਇੱਕ ਵਧੀਆ ਕਿਸਾਨ ਦੇ ਪੱਖੋਂ ਆਪਣੇ ਆਪ ਨੂੰ ਬਹੁਤ ਵੱਡਾ ਉੱਚਾ ਲੈ ਕੇ ਗਏ, ਔਰ ਨੇਕ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਵੀ ਉਸ ਨੇਕ ਰਸਤੇ ਤੇ ਤੋੜ ਕੇ ਗਏ, ਔਰ ਉਹਨਾਂ ਦੇ ਮਨਾਂ ਦੇ ਜੋ ਚਾਹ ਤੇ ਖੁਸ਼ੀਆਂ ਸਨ ਉਹਨਾਂ ਨੇ ਮੇਰੇ ਛੋਟੇ ਵੀਰ ਗੁਰਬਾਜ ਸਿੰਘ ਨੂੰ ਹੌਸਲਾ ਦੇ ਕੇ ਵਪਾਰ ਧੰਦੇ ਵਿੱਚ ਪਾਇਆ, ਪਰ ਅੱਜ ਉਹ ਆਪਣਾ ਜਿੱਥੇ ਸ਼ਹਿਰ ਵਿੱਚ ਵਧੀਆ ਕਾਰੋਬਾਰ ਚਲਾ ਰਹੇ ਹਨ। ਇਹ ਸਾਰੀਆਂ ਦੇਣਾ ਸੁਰਗਵਾਸੀ ਉਪਜੇ ਸਾਹਿਬ ਮੁਖਤਿਆਰ ਸਿੰਘ ਦੇ ਹਨ। ਉਹਨਾਂ ਨੇ ਆਪਣੇ ਪੁੱਤਰ ਨੂੰ ਦੇ ਨਾਲ ਆਪਣੇ ਪੋਤਰਿਆਂ ਨੂੰ ਵੀ ਬਹੁਤ ਵਧੀਆ ਵੈਲ ਸੈਟਲ ਕੀਤਾ, ਜੋ ਅੱਜ ਪਰਿਵਾਰ ਦਾ ਆਪਣਾ ਵੱਡਾ ਬੇਟਾ ਗੁਰਨਾਲ ਜੀ ਦਾ ਉਹਨਾਂ ਦਾ ਸਾਥ ਦੇ ਕੇ ਵਪਾਰ ਵਿੱਚ ਸਾਥ ਦੇ ਰਿਹਾ, ਔਰ ਛੋਟਾ ਕਰਮਜੀਤ ਸਿੰਘ ਅੱਜ ਵਿਦੇਸ਼ ਵਿੱਚ ਬੈਠ ਕੇ ਆਪਣੇ ਦਾਦਾ ਦਾਦੀ ਜੀ ਔਰ ਆਪਣੇ ਮਾਂ ਬਾਪ ਦਾ ਨਾਮ ਨੂੰ ਰੋਸ਼ਨ ਕਰ ਰਿਹਾ ਹੈ। ਉੱਥੇ ਧੀਆਂ ਵੀ ਸਾਰੀਆਂ ਗ੍ਰਹਿ ਸੈਕਟਰ ਨੇ, ਪਰ ਜਦੋਂ ਕੋਈ ਵੀ ਐਸਾ ਸਮਾਂ ਆਉਂਦਾ ਹੈ ਕਿ ਸਿਰ ਦੇ ਆਪਣੇ ਘਰ ਦੇ ਵਿੱਚ ਜੋ ਵੱਡੇ ਬਜ਼ੁਰਗ ਹਨ ਉਹਨਾਂ ਦਾ ਚਲੇ ਜਾਣਾ ਸਾਡੇ ਲਈ ਸਭ ਲਈ ਸੰਦੇਵੀ ਵਿਛੋੜਾ ਹੈ। ਅੱਜ ਤੁਸੀਂ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਿਛਲੇ 10 ਦਿਨ ਤੋਂ ਆ ਰਹੇ ਹੋ, ਔਰ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਦੁੱਖ ਨੂੰ ਘਟਾਇਆ ਜਾ ਸਕੇ, ਔਰ ਤੁਸੀਂ ਹਮਦਰਦੀ ਦੇ ਨਾਲ ਆਪਣਾ ਇਜ਼ਹਾਰ ਜ਼ਾਹਰ ਕੀਤਾ ਹੈ। ਇਸ ਲਈ ਤੁਹਾਡਾ ਅੱਜ ਵੀ ਇੱਥੇ ਆਉਣ ਤੇ ਪੂਰਾ ਪਰਿਵਾਰ ਵੱਲੋਂ ਦਾਸ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ, ਔਰ ਜਿੰਨੇ ਵੀ ਪ੍ਰਾਣੀ ਆਏ ਹੋ ਜਿਹਨਾਂ ਨੇ ਗੁਰੂ ਘਰ ਲੰਗਰ
ਚਾਹ ਪਾਣੀ ਨਹੀਂ ਛਕੋ, ਸਭ ਜਿੰਨੇ ਵੀ ਤੁਸੀਂ ਸਰਕਾਰ ਦੇ ਲਾਏ ਹੋ ਔਰ ਇੱਥੇ ਸਰਦਾਰ ਅਵਤਾਰ ਸਿੰਘ ਦੀ ਬਰਾਤ, ਸਾਬਕਾ ਸਿੱਖਿਆ ਮੰਤਰੀ ਪੰਜਾਬ ਚੇਅਰਮੈਨ PRTC ਉਹਨਾਂ ਦੇ ਸਪੁੱਤਰ ਨਵਦੀਪ ਸਿੰਘ ਜੀ ਬੱਬੂ ਵੀ ਇੱਥੇ ਹਾਜ਼ਰੀ ਲਵਾ ਕੇ ਗਏ ਨੇ, ਕਿਉਂਕਿ ਅੱਜ ਸਾਡੇ ਸ਼ਾਮ ਨੂੰ 3 ਵਜੇ ਆਪਣੇ ਡਿਪਟੀ ਮੁੱਖ ਮੰਤਰੀ ਪੰਜਾਬ ਸਰਬੀਰ ਸਿੰਘ ਬਾਦਲ ਨੇ ਆਉਣ ਕਰਕੇ ਨਹੀਂ ਆ ਸਕੇ। ਇਸੇ ਤਰ੍ਹਾਂ ਹੀ ਜਿਹੜਾ ਤੋਤਾ ਸਿੰਘ ਜੀ ਖੇਤੀਬਾੜੀ ਮੰਤਰੀ ਪੰਜਾਬ, ਉਹਨਾਂ ਨੇ ਵੀ ਆਉਣਾ ਸੀ ਪਰ ਉਹਨਾਂ ਦੇ ਸਪੁੱਤਰ ਸਾਹਿਬ ਬਲਜਿੰਦਰ ਸਿੰਘ ਜੀ ਵਾਕਾ ਉਹ ਵੀ ਹਾਜ਼ਰੀ ਲਵਾ ਕੇ ਗਏ ਹਨ। ਮੈਂ ਉਹਨਾਂ ਵੱਲੋਂ ਵੀ ਸ਼ਬਦ ਅਤੇ ਸਤਿਕਾਰ ਪੇਸ਼ ਕਰਦਾ ਹਾਂ। ਇਹਨੇ ਸ਼ਬਦ ਕਹਿ ਕੇ ਤੁਹਾਨੂੰ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਹਾਂ ਤੇ ਸਾਰੀ ਸੰਗਤ ਨੇ ਜਿਨ੍ਹਾਂ ਨੇ ਗੁਰੂ ਘਰ ਲੰਗਰ ਚਾਹ ਪਾਣੀ ਨਹੀਂ ਛਕਿਆ ਉਹ ਛਾ ਕੇ ਜਾਣ ਦੀ ਕਿਰਪਾਲਤਾ ਕਰੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੇਰੇ ਵਿਚਾਰ ਬੇਨਤੀ ਹੈ ਜੋ ਸਰਦਾਰ ਇਹ ਆਪਣੇ ਵੀਰ ਮੇਰੇ ਉਹ ਸਿੰਘ ਆਪਣਾ ਪ੍ਰਸ਼ਾਦਾ ਛਕਣਗੇ, ਉਸ ਤੋਂ ਉਪਰੰਤ ਬੀਬੀਆਂ ਬਾਅਦ ਪ੍ਰਸ਼ਾਦਾ ਛਕਣਗੀਆਂ। ਹੁਣ ਖਰਾਬ ਸਾਹਿਬ ਦੀ ਇੱਕ ਤੋਂ ਰੱਖੋ ਜੀ, ਰੱਖੋ, ਪੜ੍ਹਾ ਦਿਓ, ਹੱਥੇ ਪੜ੍ਹਾ ਦਿਓ ਭਾਈ ਨੂੰ ਪੰਗਾ।